ਦੋਸਤੋ ਆਪਾਂ ਗੱਲ ਕਰਦੇ ਹਾਂ ਧਾਰਮਿਕ ਧਾਰਨਾਵਾਂ ਦੀ, ਇਹ ਠੀਕ ਨੇ ਜਾਂ ਗਲਤ ਨੇ? ਧਾਰਮਿਕ ਧਾਰਨਾਵਾਂ ਅਸਲ 'ਚ ਕੀ ਨੇ? ਜਿਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਲੋਕ ਅਤੇ ਪਰਲੋਕ ਹੁੰਦਾ ਹੈ, ਭਾਵ ਇੱਕ ਆ ਧਰਤੀ 'ਤੇ ਵਸਦੇ ਲੋਕ ਨੇ ਅਤੇ ਇੱਕ ਆਕਾਸ਼ ਦੇ ਵਿੱਚ ਦੇਵ ਲੋਕ ਹੈ, ਉੱਥੇ ਇੱਕ ਵੱਖਰੀ ਦੁਨੀਆ ਹੈ, ਉੱਥੇ ਇੱਕ ਕੰਟਰੋਲਰ ਬੈਠਾ ਹੈ, ਉੱਥੇ ਸਵਰਗ ਨਰਕ ਹੈ, ਦੇਵੀ ਦੇਵਤਿਆਂ ਦਾ ਵਾਸਾ ਹੈ। ਇਸ ਤੋਂ ਇਲਾਵਾ ਜਿਹੜੀਆਂ ਧਾਰਨਾਵਾਂ ਸਾਨੂੰ ਦੱਸੀਆਂ ਜਾਂਦੀਆਂ ਹੈ ਕਿ 84 ਲੱਖ ਯੋਨੀਆਂ ਨੇ, ਇਹਨਾਂ ਨੂੰ ਭੋਗ ਲੈਣ ਤੋਂ ਬਾਅਦ ਫਿਰ ਮਨੁੱਖ ਦੀ ਯੋਨੀ ਮਿਲਦੀ ਹੈ, ਇਸ ਕਰਕੇ ਮਨੁੱਖ ਯੋਨੀ 'ਚ ਆਉਣ ਵਾਸਤੇ ਸਾਨੂੰ ਵੱਧ ਤੋਂ ਵੱਧ ਰੱਬ ਦਾ ਨਾਮ ਜਪਣਾ ਚਾਹੀਦਾ, ਦਾਨ ਪੁੰਨ ਕਰਨਾ ਚਾਹੀਦਾ ਹੈ। ਇਹੋ ਜਿਹੀਆਂ ਜਿਹੜੀਆਂ ਧਾਰਨਾਵਾਂ ਨੇ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਕਰਮ ਕਾਂਡ ਜੁੜ ਗਏ ਨੇ, ਪੂਜਾ ਪਾਠ, ਆਰਤੀਆਂ, ਕੜਤਾਲਾਂ ਵਜਾਉਣਾ, ਕੀਰਤਨ ਕਰਨਾ, ਹੋਰ ਇਸ ਤਰ੍ਹਾਂ ਦਾ ਬਹੁਤ ਕੁਛ ਜਿਹਨੂੰ ਅੱਜ ਅਸੀਂ ਸ਼ੋਰ ਸ਼ਰਾਬਾ ਕਹਿ ਸਕਦੇ ਹਾਂ, ਉਹ ਸਾਰਾ ਕੁਛ ਜੁੜ ਗਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਧਾਰਨਾਵਾਂ ਕਿੰਨੀਆਂ ਕੁ ਸੱਚੀਆਂ ਨੇ ਅਤੇ ਕਿੰਨੀਆਂ ਕੁ ਝੂਠੀਆਂ ਨੇ? ਦੋਸਤੋ ਅੱਜ ਵਿਗਿਆਨ ਦਾ ਯੁੱਗ ਹੈ ਅਤੇ ਵਿਗਿਆਨ ਨੇ ਇਹ ਸਾਨੂੰ ਬਹੁਤ ਹੀ ਸਪਸ਼ਟ ਰੂਪ ਦੇ ਵਿੱਚ ਸਿੱਧ ਕਰ ਦਿੱਤਾ ਹੈ ਕਿ ਇਸ ਜੀਵਨ ਤੋਂ ਅੱਗੇ ਕੋਈ ਜੀਵਨ ਨਹੀਂ ਹੈ। ਇਹ ਜੋ ਵੀ ਕਿਹਾ ਜਾਂਦਾ ਅਗਲਾ ਜਨਮ, ਪਿਛਲਾ ਜਨਮ, ਕਰਮਾਂ ਦਾ ਫਲ, ਇਹ ਸਾਰਾ ਕੁਛ ਜਿਹੜਾ ਹੈ ਇਹ ਨਿਰਾਰਥਕ ਹੈ। ਸਵਰਗ ਨਰਕ ਦੀ ਧਾਰਨਾ, ਹੋਰ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਧਾਰਨਾ ਹੁਣ ਤੱਕ ਸਾਨੂੰ ਗੁੰਮਰਾਹ ਕਰਦੀਆਂ ਆਈਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਧਾਰਨਾਵਾਂ ਟੋਟਲੀ ਗਲਤ ਨੇ। ਵਿਗਿਆਨਕ ਦ੍ਰਿਸ਼ਟੀਕੋਣ ਤੋਂ ਇਹ ਸਾਰਾ ਕੁਛ ਹੈ ਜਿਹੜਾ ਉਹ ਗਲਤ ਸਿੱਧ ਹੋ ਚੁੱਕਿਆ। ਇਸ ਕਰਕੇ ਹੁਣ ਜੇ ਅਸੀਂ ਇਹਨਾਂ ਧਾਰਨਾਵਾਂ ਨੂੰ ਹਮੇਸ਼ਾ ਹੀ ਨਾਲ ਘਸੀਟਦੇ ਰਵਾਂਗੇ, ਅੱਜ ਵੀ ਧਰਮ ਦਾ ਰੋਲ ਉਹੀ ਹੈ ਜਿਹੜਾ ਹਜ਼ਾਰਾਂ ਸਾਲ ਪਹਿਲਾਂ ਸੀ, ਅੱਜ ਵੀ ਉਹ ਉਵੇਂ ਹੀ ਗੁੰਮਰਾਹ ਕਰਦਾ ਹੈ, ਅੱਜ ਵੀ ਉਹ ਆਪਣੀਆਂ ਪੁਰਾਣੀਆਂ ਧਾਰਨਾਵਾਂ 'ਤੇ ਹੀ ਖੜ੍ਹਾ ਹੈ, ਅੱਜ ਵੀ ਸਾਨੂੰ ਉਹ ਉਵੇਂ ਹੀ ਪੂਜਾ ਪਾਠ ਅਤੇ ਹੋਰ ਕਰਮ ਕਾਂਡਾਂ ਦੇ ਵਿੱਚ ਉਲਝਾਈ ਰੱਖਣ ਦੀ ਗੱਲ ਕਰਦਾ ਹੈ, ਅੱਜ ਵੀ ਉਹ ਜ਼ਿੰਦਗੀ ਨੂੰ ਦੁੱਖਾਂ ਦਾ ਘਰ ਆਖਦਾ ਹੈ ਅਤੇ ਦੁੱਖਾਂ ਦਾ ਬਚਣ ਦਾ ਉਪਾਏ ਜਿਹੜਾ ਦੁੱਖਾਂ ਤੋਂ ਉਹ ਕਹਿੰਦਾ ਵੀ ਬਸ ਤੁਸੀਂ ਰੱਬ ਦਾ ਨਾਂ ਲਓ, ਦਾਨ ਪੁੰਨ ਕਰੋ, ਅਗਲਾ ਜੀਵਨ ਸੰਵਾਰੋ। ਸੋ ਇਹ ਧਾਰਮਿਕ ਜਿਹੜੀਆਂ ਧਾਰਨਾਵਾਂ ਨੇ ਦੋਸਤੋ ਇਹ ਟੋਟਲੀ ਗਲਤ ਨੇ। ਇਸੇ ਕਰਕੇ ਤਰਕਸ਼ੀਲ ਲੋਕ, ਵਿਗਿਆਨਕ ਵਿਚਾਰਧਾਰਾ ਵਾਲੇ ਲੋਕ ਇਹਨਾਂ ਧਾਰਨਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਨੇ, ਕਿਉਂਕਿ ਸਾਇੰਸ ਨੇ ਇਹਨਾਂ ਨੂੰ ਰੱਦ ਕਰਤਾ। ਕਿਤੇ ਕੋਈ ਰੱਬ ਨਹੀਂ ਬੈਠਾ ਹੈ, ਹੁਣ ਤਾਂ ਕਰੋੜਾਂ ਰੁਪਇਆ ਹੈ ਜਿਹੜਾ ਉਹ ਤਰਕਸ਼ੀਲਾਂ ਵੱਲੋਂ ਇਸ ਗੱਲ 'ਤੇ ਵੀ ਇਨਾਮ ਰੱਖਿਆ ਗਿਆ। ਪਿੱਛੇ ਜੇ ਤੁਸੀਂ ਇਹ ਵੀਡੀਓ ਵੀ ਸੁਣੀ ਹੋਣੀ ਹੈ, ਮੇਘਰਾਜ ਮਿੱਤਰ ਜੀ ਨੇ ਇਹ ਐਲਾਨ ਕੀਤਾ ਸੀ। ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਐਲਾਨ ਕਰਦੇ ਨੇ ਸਾਥੀ ਕਿ ਰੱਬ ਦਿਖਾਓ ਅਤੇ ਕਰੋੜ ਰੁਪਇਆ ਲੈ ਜਾਓ। ਤੋ ਸਾਥੀਓ ਇਹ ਜਿਹੜੇ ਸ਼ੰਕੇ ਨੇ ਇਹ ਕੋਈ ਐਵੇਂ ਹੀ ਨਹੀਂ ਹੈ, ਅਸਲ ਦੇ ਵਿੱਚ ਵਿਗਿਆਨ ਨੇ ਇਹ ਸਾਰਾ ਕੁਛ ਹੈ ਜਿਹੜਾ ਉਹ ਬਹੁਤ ਚੰਗੀ ਤਰ੍ਹਾਂ ਸਿੱਧ ਕਰ ਦਿੱਤਾ ਹੈ ਕਿ ਅਸਲ ਦੇ ਵਿੱਚ ਕੋਈ ਐਸੀ ਸ਼ਕਤੀ ਨਹੀਂ ਹੈ ਜਿਹੜੀ ਇਸ ਸੰਸਾਰ ਨੂੰ ਚਲਾ ਰਹੀ ਹੈ, ਜਿਹਦੇ ਹੱਥ 'ਚ ਕੋਈ ਰਿਮੋਟ ਹੈ ਅਤੇ ਜਿਹੜੀ ਇਹ ਸਾਰੇ ਧਾਰਮਿਕ ਚੱਕਰ ਨੂੰ ਇਸੇ ਤਰ੍ਹਾਂ ਹੀ ਚਲਾਈ ਜਾ ਰਹੀ ਹੈ। ਅਸਲ ਦੇ ਵਿੱਚ ਹੁਣ ਸਾਨੂੰ ਜਾਗਣ ਦੀ ਲੋੜ ਹੈ, ਧਾਰਮਿਕ ਧਾਰਨਾਵਾਂ ਪੂਰੀ ਤਰ੍ਹਾਂ
ਗਲਤ ਸਾਬਤ ਹੋ ਚੁੱਕੀਆਂ ਨੇ। ਅੱਜ ਜੇ ਕੋਈ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਗੁੰਮਰਾਹ ਕਰਦਾ ਹੈ ਤਾਂ ਉਹ ਅਸਲ ਦੇ ਵਿੱਚ ਜਨਤਾ ਦਾ ਦੁਸ਼ਮਣ ਹੈ। ਉਹ ਜਾਣ ਬੁੱਝ ਕੇ ਸਾਡਾ ਧਿਆਨ ਹੈ ਜਿਹੜਾ ਉਹ ਹੋਰ ਪਾਸੇ ਲਿਜਾਂਦਾ ਹੈ। ਉਹ ਰਾਜ ਸੱਤਾ ਦਾ ਪੱਖ ਪੂਰਦਾ ਹੈ, ਕਿਉਂਕਿ ਰਾਜ ਸੱਤਾ ਹੈ ਜਿਹੜੀ ਉਹ ਹਮੇਸ਼ਾ ਹੀ ਚਾਹੁੰਦੀ ਹੈ ਕਿ ਜਨਤਾ ਮੂਰਖ ਰਹੇ, ਅਨਪੜ੍ਹ ਰਹੇ, ਗੰਵਾਰ ਰਹੇ, ਅਤੇ ਉਹਨਾਂ ਦਾ ਧਿਆਨ ਹੈ ਜਿਹੜਾ ਉਹ ਰਾਜ ਸੱਤਾ ਦੀਆਂ ਚਲਾਕੀਆਂ ਵੱਲ ਨਾ ਜਾਵੇ। ਇਸ ਕਰਕੇ ਦੋਸਤੋ, ਇਹ ਬਹੁਤ ਚੰਗੀ ਤਰ੍ਹਾਂ ਸਮਝ ਲਓ ਕਿ ਹਮੇਸ਼ਾ ਹੀ ਧਰਮ ਰਾਜ ਸੱਤਾ ਦਾ ਸਾਥੀ ਰਿਹਾ, ਪੋਸ਼ਕ ਰਿਹਾ। ਇਹ ਦੋਵੇਂ ਮਿਲ ਕੇ, ਯਾਨੀ ਰਾਜਨੇਤਾ ਅਤੇ ਧਾਰਮਿਕ ਨੇਤਾ ਮਿਲ ਕੇ ਪੂਰੀ ਜਨਤਾ ਦਾ ਘਾਣ ਕਰਦੇ ਹੈ, ਉਹਨਾਂ ਨੂੰ ਲੁੱਟਦੇ ਹੈ, ਉਹਨਾਂ ਨੂੰ ਠੱਗਦੇ ਹੈ, ਉਹਨਾਂ ਨੂੰ ਗੁੰਮਰਾਹ ਕਰਦੇ ਹੈ, ਉਹਨਾਂ ਦੀ ਸੋਚ ਨੂੰ ਖੁੰਡਾ ਕਰਦੇ ਹੈ। ਇਸ ਕਰਕੇ ਸਾਨੂੰ ਇਹਨਾਂ ਸਾਰੀਆਂ ਝੂਠੀਆਂ ਧਾਰਨਾਵਾਂ ਤੋਂ ਹੁਣ ਬਾਹਰ ਆ ਜਾਣਾ ਚਾਹੀਦਾ ਹੈ, ਆਪਣੀ ਸੋਚ ਨੂੰ ਤਾਰਕਿਕ ਅਤੇ ਵਿਗਿਆਨਕ ਬਣਾਉਣਾ ਚਾਹੀਦਾ ਹੈ, ਤਾਂ ਕਿ ਸਾਨੂੰ ਕੋਈ ਭਰਮਾ ਨਾ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿਓ। ਦੋਸਤੋ, ਸੂਈ ਸਵੇਰ ਲੋਕ ਪੱਖੀ ਮੀਡੀਆ ਦੁਆਰਾ ਹੈ। ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ, ਬਚੀ ਰਹੇ, ਅਤੇ ਜਿਹੜੇ ਮੁਤਵਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡਾ ਮੀਡੀਆ ਨਹੀਂ ਕਵਰ ਕਰਦਾ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ, ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ, ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।